ਭਾਗ ਸਿੰਘ ਮਾਂ ਨੂੰ ਛੱਡ ਕੇ ਮੁੜ ਜਾਂਦਾ ਹੁਣ ਧੰਨ ਕੌਰ ਲਈ। ਇਕੱਲੇ ਰਹਿਣਾ ਹੋਰ ਵੀ ਔਖਾ ਹੋ ਗਿਆ, ਇੱਕ ਤਾਂ ਸਿਆਣਾ ਸਰੀਰ ਉੱਪਰੋਂ ਬਿਮਾਰ ਅਤੇ ਰੋਟੀ ਦਾ ਵੀ ਕੋਈ ਵਸੀਲਾ ਨਹੀਂ। ਹੁਣ ਉਹ ਸਾਰਾ ਦਿਨ ਘਰ ਵਿੱਚ ਪਈ ਰਹਿੰਦੀ ਅਤੇ ਕਿਸਮਤ ਨੂੰ ਕੋਸਦੀ ਰਹਿੰਦੀ। ਪਿੰਡ ਦੇ ਲੋਕ ਤਰਸ ਕਰਕੇ ਰੋਟੀ ਦੇ ਜਾਂਦੀ ਪਰ ਉਹ ਘੱਟ ਹੀ ਖਾਂਦੀ, ਨਾ ਕਿਸੇ ਨਾਲ ਬੋਲਦੀ। ਬਸ ਗਮ ਜਿਹਾ ਲੱਗ ਗਿਆ ਸੀ ਦਿਲ ਨੂੰ, ਪਹਿਲਾਂ ਨਾਲੋਂ ਵੀ ਬਿਮਾਰ ਬਹੁਤ ਜ਼ਿਆਦਾ ਰਹਿਣ ਲੱਗ ਪਈ। ਕਦੇ ਕਦੇ ਤਾਂ ਲੋਕ ਦਵਾਈ ਵੀ ਦਵਾ ਦਿੰਦੇ ਪਰ ਜਦ ਜ਼ਿਆਦਾ ਹਾਲਤ ਖਰਾਬ ਹੋ ਗਈ ਤਾਂ ਵੈਦ ਸਾਹਿਬ ਨਾ ਕਰਕੇ ਦਵਾਈ ਦੇਣ ਤੋਂ ਉਹਦਾ ਦਿਮਾਗੀ ਸੰਤੁਲਨ ਵੀ ਵਿਗੜ ਗਿਆ। ਹਰ ਵਕਤ ਬਸ ਆਪਣੇ ਪੁੱਤ ਨੂੰ ਹੀ ਆਵਾਜ਼ ਮਾਰਦੀ ਰਹਿੰਦੀ। ਲੋਕਾਂ ਨੇ ਭਾਗ ਸਿੰਘ ਨੂੰ ਸੁਨੇਹੇ ਭੇਜੇ ਪਰ ਉਹ ਨਾ ਆਇਆ। ਲੋਕ ਵੀ ਗੱਲਾਂ ਕਰਦੇ, ਕਿਸ ਤਰ੍ਹਾਂ ਧੰਨ ਕੌਰ ਨੇ ਆਪਣੇ ਪੁੱਤ ਨੂੰ ਪਾਲਿਆ ਅਤੇ ਅੱਜ ਉਹ ਆਪਣੀ ਮਾਂ ਨੂੰ ਇਕੱਲਾ ਛੱਡ ਗਿਆ। ਫਿਰ ਇੱਕ ਦਿਨ ਪਿੰਡ ਦੀਆਂ ਔਰਤਾਂ ਨੇ ਧੰਨ ਕੌਰ ਦੇ ਘਰ ਜਾ ਕੇ ਦੇਖਿਆ ਕਿ ਉਹ ਮੰਜੇ 'ਤੇ ਮਰੀ ਪਈ ਸੀ ਅਤੇ ਸੀਨੇ ਨਾਲ ਭਾਗ ਸਿੰਘ ਦੀ ਬਚਪਨ ਦੀ ਤਸਵੀਰ। ਉਸਦਾ ਅੰਤਿਮ ਸੰਸਕਾਰ ਵੀ ਲੋਕਾਂ ਨੇ ਹੀ ਕੀਤਾ, ਇਸ ਤਰ੍ਹਾਂ ਉਸ ਵਿਚਾਰੇ ਨੂੰ ਅੰਤਿਮ ਵਿਦਾਈ ਵੀ ਲੋਕਾਂ ਨੇ ਹੀ ਦਿੱਤੀ। ਸੋ ਧੰਨ ਕੌਰ ਨੇ ਜਿਸ ਪੁੱਤ ਲਈ 10-12 ਸਾਲ ਉਡੀਕ ਕੀਤੀ, ਲੋਕਾਂ ਤੋਂ ਸੱਸ ਤੋਂ ਬਹੁਤ ਕੁਝ ਸੁਣਿਆ, ਜਿਸ ਪੁੱਤ ਕਰਕੇ ਆਪਣਾ ਸਭ ਕੁਝ ਹੱਥੀਂ ਮੁਕਾ ਲਿਆ, ਅੰਤ ਵੇਲੇ ਇਕੱਲੇ ਨੂੰ ਮਰਨ ਲਈ ਛੱਡ ਗਿਆ ਅਤੇ ਧੰਨ ਕੌਰ ਦੀ ਉਡੀਕ ਕਦੇ ਖਤਮ ਨਹੀਂ ਹੋਈ। ਸਾਡੇ ਸਮਾਜ ਵਿੱਚ ਇੱਦਾਂ ਦੀ ਕਹਾਣੀ ਪਤਾ ਨਹੀਂ ਕਿੰਨੇ ਲੋਕਾਂ ਦੀ ਹੈ। ਲਾਹਨਤ ਹੈ ਐਸੇ ਬੱਚਿਆਂ ਦੀ ਜੋ ਮਾਂ ਪਿਓ ਦੀਆਂ ਕੁਰਬਾਨੀਆਂ ਭੁੱਲ ਕੇ ਅੰਤ ਵੇਲੇ ਉਹਨਾਂ ਨੂੰ ਛੱਡ ਜਾਂਦੇ ਆ।